ਜਮਾਲ ਦੇ ਥਾਪੜ ਦੇ ਨੌਕਰੀ ਕਰਦੇ ਸੀਗੇ, ਉੱਥੋਂ ਇਹ ਰੋਟੀ ਲੈਣ ਆ ਰਿਹਾ ਸੀ ਢਾਬੇ ਤੋਂ, ਪਿੱਛੋਂ ਇੱਕ ਆਇਆ ਟਰੱਕ ਜਿਹੜਾ ਇਹਨਾਂ ਨੂੰ ਦੜ ਕੇ ਲੰਘ ਗਿਆ। ਕੋਈ ਸੀਸੀਟੀਵੀ ਵੀ ਆਈਏ? ਹਾਂਜੀ ਸਰ, ਸਾਡੇ ਕੋਲ ਹੈਗੀਆਂ ਸੀਸੀਟੀਵੀ ਫੁਟੇਜ। ਤੇ ਪਤਾ ਲੱਗਾ ਕੌਣ ਸੀ ਟਰੱਕ ਵਾਲਾ? ਟਰੱਕ ਵਾਲਾ ਇਹ ਹੁਣ ਸਰ ਸਾਨੂੰ ਲੱਗਾ ਪਤਾ, ਜਦੋਂ ਅਸੀਂ ਉੱਥੇ ਕਿਰਾਇਆ ਫੁਟੇਜ ਲਈਆਂ ਵੀ 0392 ਨੰਬਰ ਗੱਡੀ ਸੀਗੀ, ਉਹ ਅਸੀਂ ਹੁਣ ਪੁਲਿਸ ਵਾਲਿਆਂ ਨੇ ਅਰੈਸਟ ਕਰ ਲਿਆ ਵਾ ਡਰਾਈਵਰ, ਅਸੀਂ ਵੀ ਪ੍ਰਾਪਤ ਕਰ ਲਈ। ਕਿੰਨੀ ਉਮਰ ਕਿੰਨੀ ਸੀ ਇਹਨਾਂ ਦੀ? ਇਹਨਾਂ ਦੀ 54 ਸਾਲ ਸੀ ਉਮਰ। ਟਰੱਕ ਦੇ ਅੱਗੇ ਆਪਦੀ ਸਾਈਡ ਹੀ ਜਾ ਰਹੇ ਸੀਗੇ? ਇਹ ਆਪਦੀ ਸਾਈਡ ਜਾ ਰਹੇ ਸੀ, ਪਿੱਛੋਂ ਆ ਕੇ ਟਰੱਕ ਉਹਨਾਂ ਨੇ ਫੇਟ ਮਾਰੀ। ਇਹ ਰਾਤ ਦੀ ਗੱਲ ਹੈ ਜੀ, ਇੱਕ ਮੋਟਰਸਾਈਕਲ ਸੀਗਾ ਉੱਧਰੋਂ ਆ ਰਿਹਾ ਸੀ ਅਤੇ ਮਗਲੇ ਪਾਸੋਂ ਟਰੱਕ ਆਇਆ ਨਾਮ ਨੂੰ, ਉਹਦੇ ਨਾਲ ਟਕਰਾ ਗਿਆ ਅਤੇ ਉੱਥੇ ਮੌਕੇ 'ਤੇ ਜਣਕੇ ਦੀ ਮੌਤ ਹੋ ਗਈ। ਬੰਦੇ ਦੀ ਮੌਤ ਪਹਿਚਾਣ ਹੋ ਗਈ, ਆਈ ਕਾਰਡ ਤੋਂ ਪਤਾ ਲੱਗਾ, ਪਾਲ ਸਿੰਘ ਪੁੱਤਰ ਲਖਪੁਰ ਸਿੰਘ, ਮੇਲ ਕਾਲੀਆਂ ਵਾਸੀ ਫਿਰੋਜ਼ਪੁਰ ਦਾ। ਇਹ ਮਾਲਤੀ ਸਾਪਰਾ ਹਸਪਤਾਲ ਦੇ ਵਿੱਚ ਕੰਮ ਕਰਦੇ। ਨਹੀਂ ਸਰ ਕੋਈ ਨਹੀਂ, ਭਾਲ ਜਾਰੀ ਹੈ ਜੀ ਹਲੇ, ਜੋ ਵੀ ਇਹਨਾਂ ਦੇ ਵਾਰਸ ਹੋਣਗੇ ਕਾਰਵਾਈ ਕੀਤੀ ਹੈ, ਚੈੱਕ ਕਰੀ ਜਾਂਦੇ ਜੀ।